ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਦੀ ਅਗਵਾਈ ਵਿੱਚ ਕਾਂਗਰਸ ਵੱਲੋਂ ਨੈਸ਼ਨਲ ਹਾਈਵੇ 1 ਤੇ ਲਾਡੋਵਾਲ 'ਚ ਬਣੇ ਟੋਲ ਪਲਾਜ਼ਾ ਨੂੰ ਤਾਲਾ ਲਗਾ ਦਿੱਤਾ ਗਿਆ। ਬਿੱਟੂ ਦੇ ਨਾਲ ਪੰਜਾਬ ਸਰਕਾਰ 'ਚ ਮੰਤਰੀ ਭਾਰਤ ਭੂਸ਼ਣ ਆਸ਼ੂ, ਹੋਰ ਵਿਧਾਇਕ ਅਤੇ ਵਰਕਰ ਵੀ ਸਨ। ਇਸ ਦੌਰਾਨ ਰਵਨੀਤ ਸਿੰਘ ਬਿੱਟੂ ਅਤੇ ਆਲਾ ਲੀਡਰਸ਼ਿਪ ਵੱਲੋਂ ਤਾਲਾਬੰਦੀ ਕੀਤੀ ਗਈ ਅਤੇ ਬਾਅਦ ਵਿੱਚ ਕੈਬਿਨਾਂ ਦੇ ਸ਼ੀਸ਼ੇ ਵੀ ਟੁੱਟੇ ਪਾਏ ਗਏ। ਬਿੱਟੂ ਨੇ ਦਾਅਵਾ ਕੀਤਾ ਕਿ ਪਾਨੀਪਤ ਜਲੰਧਰ 6 ਲੇਨ ਪ੍ਰੋਜੈਕਟ ਦੇ ਤਹਿਤ ਸੜਕ ਦੇ ਨਿਰਮਾਣ ਵਾਸਤੇ ਇਹ ਟੋਲ ਪਲਾਜ਼ਾ ਲਗਾਇਆ ਗਿਆ, ਪਰ ਸੰਬੰਧਿਤ ਕੰਪਨੀ ਵੱਲੋਂ ਪ੍ਰੋਜੈਕਟ ਨੂੰ ਵਿੱਚ ਹੀ ਰੋਕ ਦਿੱਤਾ ਗਿਆ ਅਤੇ ਲੋਕਾਂ ਤੋਂ ਟੋਲ ਟੈਕਸ ਦੀ ਵਸੂਲੀ ਜਾਰੀ ਹੈ। ਉਹਨਾਂ ਜ਼ੋਰ ਦਿੰਦਿਆਂ ਕਿਹਾ ਕਿ ਉਹ ਲੁਧਿਆਣਾ ਦੇ ਲੋਕਾਂ ਨਾਲ ਧੱਕਾ ਨਹੀਂ ਹੋਣ ਦੇਣਗੇ ਅਤੇ ਇਸ ਨੂੰ ਤਦ ਤੱਕ ਨਹੀਂ ਚੱਲਣ ਦਿੱਤਾ ਜਾਵੇਗਾ ਜਦ ਤੱਕ ਪ੍ਰੋਜੈਕਟ ਨੂੰ ਪੂਰਾ ਨਹੀਂ ਕੀਤਾ ਜਾਂਦਾ। ਇਸ ਦੌਰਾਨ ਲੁਧਿਆਣਾ ਤੋਂ ਕਾਂਗਰਸ ਦਾ ਇੱਕ ਵਿਧਾਇਕ ਰੋਜ਼ਾਨਾ ਟੋਲ ਪਲਾਜ਼ਾ ਤੇ ਰੁਕਿਆ ਕਰੇਗਾ। ਤੁਹਾਨੂੰ ਪਤਾ ਲਗਾਤਾਰ ਅਸੀਂ ਸਾਲਾਂ ਤੋਂ ਸਾਰੇ ਐਮਐਲਏ ਸਾਹਿਬਾਨ, ਅਫਸਰ ਸਾਹਿਬਾਨ, ਲੀਡਰ ਸਾਹਿਬਾਨ ਲਗਾਤਾਰ ਆਹ ਗਡਕਰੀ ਸਾਹਿਬ ਨੂੰ ਆ ਜੋ ਮਿਲਦੇ ਰਹੇ ਹਾਂ ਲਗਾਤਾਰ। ਆਹ ਦੇਖੋ ਤੁਹਾਡੇ ਮੂਹਰੇ ਤਸਵੀਰਾਂ ਔਰ ਸਾਰਿਆਂ ਨੇ ਚੱਕੀਆਂ, ਅਸੀਂ ਲਗਾਤਾਰ ਇਹ ਮਿਲਦੇ ਰਹੇ ਵੀ ਭਾਈ ਸਭ ਤੋਂ ਵੱਧ ਜਿਹੜੀ ਟੋਲ ਕਲੈਕਸ਼ਨ ਆ ਲਾਡੋਵਾਲ ਦੀ ਉਹ 50 ਲੱਖ ਦੀ ਆ, ਜਿਹੜੀ ਇਹ ਕੰਪਨੀ ਸੋਮਾ ਹੈ, ਇੱਕ ਉਹਨਾਂ ਬਾਹਰ ਦੀ ਕੰਪਨੀ ਆ ਤੇ ਨੈਸ਼ਨਲ ਹਾਈਵੇ, ਇਹ 3 ਟੋਲ ਲੱਗੇ ਇਹਨਾਂ ਦੇ ਪਾਣੀਪਤ ਤੋਂ ਲੈ ਕੇ ਅੰਮ੍ਰਿਤਸਰ ਸਾਹਿਬ ਤੱਕ। ਸਭ ਤੋਂ ਵੱਧ ਕਲੈਕਸ਼ਨ ਆ ਜਿਹੜੀ ਉਹ ਲੁਧਿਆਣੇ ਦੀ ਆ, ਜਿਹਦੀ 50 ਲੱਖ ਰਕਮ ਬਣਦੀ ਆ ਦਿਨ ਦੀ, ਤੇ ਉਹ ਤੋਂ ਬਾਅਦ 10 ਸਾਲ ਹੋ ਗਏ 2009 ਤੋਂ 2019 ਚ, ਤੇ ਅੱਜ ਤੱਕ 1800 ਕਰੋੜ ਰੁਪਈਆ ਇਹ ਕੰਪਨੀ ਆਪਣੇ ਜੇਬ ਚ ਪੈਸਾ ਪਾ ਚੁੱਕੀ ਆ, 1800 ਕਰੋੜ। ਤੇ ਜਿਹੜੇ ਸਾਡੇ ਤਿੰਨੋ ਹੀ, ਚਾਹੇ ਬਸਤੀ ਯੁੱਧ ਵਾਲਾ, ਚਾਹੇ ਸ਼ੇਰਪੁਰਾ, ਚਾਹੇ ਕੈਂਸਰ ਹਾਸਪਿਟਲ ਆ, ਇੱਕ ਕਿਤੇ ਇੱਟ ਵੀ ਲਾਈ ਆ। ਹੁਣ ਤੁਸੀਂ ਕਹੋਗੇ ਵੀ ਅੱਜ ਤੱਕ ਤੁਸੀਂ ਕਿਉਂ ਰੁਕੇ? ਅਸੀਂ ਲਗਾਤਾਰ ਮਿਨਿਸਟਰ ਨਾਲ ਮਿਲਦੇ ਰਹੇ, ਲਗਾਤਾਰ ਕਿਉਂਕਿ ਕੋਰਟ ਚ ਗਏ, ਹੋਰ ਕਿਤੇ ਗਏ। ਆਹ ਹੁਣ ਦੇਖ ਲਓ ਜਿਹੜੀ ਨੈਸ਼ਨਲ ਹਾਈਵੇ ਨੇ, ਨੈਸ਼ਨਲ ਹਾਈਵੇ ਅਥਾਰਟੀ ਨੇ 24 ਦਸੰਬਰ 2018 ਤਿੰਨ ਮਹੀਨੇ ਪਹਿਲਾਂ ਜਾਰੀ ਕੀਤੀ ਚਿੱਠੀ। ਉਹਨਾਂ ਨੇ ਖਾਸ ਤੌਰ ਤੇ ਤੁਹਾਨੂੰ ਸਾਰਿਆਂ ਨੂੰ ਬੰਨਾਂਗੇ, ਉਹਨਾਂ ਨੇ ਟੋਲ ਦੀ ਸਸਪੈਂਸ਼ਨ ਨਹੀਂ ਲਿਖਤਾ, ਉਹਨਾਂ ਦੇ ਪੀਡੀ ਨੇ ਪ੍ਰੋਜੈਕਟ ਡਾਇਰੈਕਟਰ ਨੈਸ਼ਨਲ ਹਾਈਵੇ ਨੂੰ ਲਿਖਤਾ ਵੀ ਇਹ ਟੋਲ ਆ ਜਿਹੜਾ ਸਸਪੈਂਡ ਹੋਣਾ ਚਾਹੀਦਾ, ਸਸਪੈਂਸ਼ਨ ਹੋਣੀ ਚਾਹੀਦੀ ਹੈ। ਉਦੋਂ ਬਾਅਦ ਸਾਡੀ ਵਿਧਾਨ ਸਭਾ ਦੀ ਕਮੇਟੀ ਦੀ ਜਿਹੜੀ ਰਿਪੋਰਟ ਆ, ਸਾਰੀ ਵਿਧਾਨ ਸਭਾ ਸਾਰੇ ਪਾਰਟੀਆਂ ਦੇ ਐਮਐਲਏ ਜਿਹਦੇ ਵੇਰਕਾ ਸਾਹਿਬ ਚੇਅਰਮੈਨ ਸੀ ਫਰਵਰੀ 2019, ਆ ਮਹੀਨਾ ਪਹਿਲਾਂ, ਇਹਦੇ ਵਿੱਚ ਉਹਨਾਂ ਨੇ ਲਿਖਤਾ ਖਾਸ ਤੌਰ ਤੇ ਵੀ ਇਹਨੂੰ ਟੋਲ ਨੂੰ ਜਲਦੀ ਤੋਂ ਜਲਦੀ ਸਸਪੈਂਸ਼ਨ ਇਹਦੀ ਸਸਪੈਂਡ ਕੀਤਾ ਜਾਵੇ। ਤੇ ਉਦੋਂ ਬਾਅਦ ਅਸੀਂ ਸਾਰੇ ਦਸਤਾਵੇਜ਼ ਲੈ ਕੇ ਅੱਜ ਖੁਦ ਇਹਨਾਂ ਦੇ ਮੂਹਰੇ ਆਏ ਆ ਵੀ ਹੁਣ ਨੈਸ਼ਨਲ ਹਾਈਵੇ ਆ, ਉਹਨੇ ਕਹਿਤਾ, ਵਿਧਾਨ ਸਭਾ ਦੇ ਮੂਹਰੇ ਸਾਰੇ ਪੇਸ਼ ਹੋਏ, ਉਹਨੇ ਕਹਿਤਾ, ਤੇ ਹੁਣ ਤੁਹਾਡੇ ਚਲਾਉਣ ਦਾ ਫਿਰ ਕਾਹਦੇ ਪੈਸੇ ਲੁੱਟ ਰਹੇ ਹੋ? ਸਰਕਾਰ ਨੇ ਕਹਿਤਾ, ਤੁਹਾਨੂੰ ਪੰਜਾਬ ਸਰਕਾਰ ਨੇ ਕਹਿਤਾ, ਡਿਪਟੀ ਕਮਿਸ਼ਨਰ ਨੇ ਤੁਹਾਨੂੰ ਕਹਿਤਾ, ਅਸੀਂ ਲਗਾਤਾਰ ਮਿੰਤਾਂ ਕਰਦੇ ਨੂੰ ਹੋ ਗਏ, ਪਰ ਤੁਹਾਡੇ ਜੂ ਨਹੀਂ ਸਰਕਦੀ, ਤੇ ਰੋਜ਼ ਦਾ 50 ਲੱਖ ਜੇਬ ਚ ਪਾਉਂਦੇ ਹੋ ਤੇ ਤੁਰਦੇ ਬਣਦੇ ਹੋ, ਕਿਵੇਂ ਲੱਗ ਜੂ ਟੋਲ? ਹੁਣ ਗੱਲ ਸਿੱਧੀ ਆ, ਅੱਜ ਟੋਲ ਬੰਦ ਹੋ ਗਿਆ, ਜਿੰਨਾ ਚਿਰ ਤਿੰਨੋਂ ਪੁਲਾਂ ਦਾ ਕੰਮ ਨਹੀਂ ਸ਼ੁਰੂ ਹੋਏਗਾ, ਸਾਡੇ ਰੋਜ਼ ਦੇ ਐਮਐਲਏ ਆਪਣੇ ਵਰਕਰ ਲੈ ਕੇ, ਮੇਅਰ ਸਾਹਿਬ, ਹਲਕਾ ਇੰਚਾਰਜ, ਡਿਸਟ੍ਰਿਕਟ ਪ੍ਰਧਾਨ, ਕੌਂਸਲਰ ਸਾਹਿਬਾਨ, ਬਲਾਕ ਪ੍ਰਧਾਨ, ਸਾਰੇ ਇੱਕ ਟੀਮ ਦੀ ਡਿਊਟੀ ਲੱਗੇਗੀ, ਜਿਹੜਾ ਰੋਜ਼ ਉਰੇ ਬੈਠੇਗਾ ਤੇ ਟੈਂਟ ਲੱਗ ਜਾਏਗਾ, ਚਾਹੇ ਕਿਵੇਂ ਵੀ ਕਰਨਾ ਪਵੇ, ਪਰ ਇਹ ਉਨਾ ਚਿਰ ਇਹ ਸਸਪੈਂਡ ਰਹੇਗਾ, ਬੰਦ ਰਹੇਗਾ ਟੋਲ, ਜਿੰਨਾ ਚਿਰ ਇਹ ਤਿੰਨੋਂ ਪੁਲਾਂ ਦਾ ਕੰਮ ਨਹੀਂ ਕਰਦੇ। ਬਿਊਟੀਫਿਕੇਸ਼ਨ ਅਲੱਗ ਹੋਣੀ ਸੀ, ਜਿਹੜਾ ਮੀਂਹ ਦਾ ਪਾਣੀ ਪੈਣਾ ਉੱਥੇ ਕਿੰਨੇ ਬੰਦੇ ਮਰ ਗਏ, ਲਾਈਟਾਂ ਕਿਤੇ ਨਹੀਂ ਗਈਆਂ, ਕੋਈ ਪ੍ਰਬੰਧ ਕਿਤੇ ਨਹੀਂ ਗਾ ਤੇ ਕਿਵੇਂ ਕਰਨ ਦੇ ਦੀਏ ਪੈਸੇ ਦੀ ਕਲੈਕਸ਼ਨ? 3 ਦਿਨਾਂ ਬਾਅਦ ਪੁਲਿਸ ਪ੍ਰੋਟੈਕਸ਼ਨ ਮੰਗਦੇ ਆ, ਜਦੋਂ 1.5-2 ਕਰੋੜ ਰੁਪਏ ਕਮਾ ਕੇ ਉਹਨੂੰ ਲੈ ਕੇ ਜਾਂਦੇ ਆ, ਨਾਲ ਪੁਲਿਸ ਦੀ ਜਿਪਸੀ ਮੰਗਦੇ ਆ, ਇੰਨੇ ਨੋਟ ਲੈ ਕੇ ਜਾਂਦੇ ਆ ਉਰੇ, ਤੇ ਅਸੀਂ ਲੁਧਿਆਣੇ ਵਾਲੇ ਇਹਨਾਂ ਨੂੰ ਦੇਈ ਜਾਈਏ, ਕਿਤੇ ਹੋਰ ਕਿਉਂ ਨਹੀਂ ਗਾ ਜੀ? ਸਾਡੀ ਸਭ ਤੋਂ ਵੱਧ ਇੱਥੇ ਲੁੱਟ ਹੋ ਰਹੀ ਆ, ਇੱਕ ਆਮ ਬੰਦੇ ਦਾ ਪੈਸਾ ਖਰਾਬ ਹੋ ਰਿਹਾ, ਟਾਈਮ ਖਰਾਬ ਹੋ ਰਿਹਾ, ਦੋਨੋਂ ਹੀ।
ਤੇ ਮਿਲਸਨ ਨੂੰ ਉਹਦੇ ਬਦਲੇ ਕੀ ਰਿਹਾ? ਮੌਤ, ਔਖਲਾਈ, ਸਾਰਾ ਦਿਨ ਜਾਮ ਤੇ ਇਹ ਟੋਲ ਨਹੀਂ ਹੁਣ ਚੱਲੇਗਾ। ਉੱਥੇ ਟੋਲ ਅਫਸਰਾਂ ਵੱਲੋਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਉਣ ਦੀ ਗੱਲ ਕਹੀ ਗਈ। ਸਰ, ਇਹ ਜੋ ਪ੍ਰੋਜੈਕਟ ਹਾਈਵੇ ਹੈ, ਸਿਕਸ ਲੇਨ ਪ੍ਰੋਜੈਕਟ ਹਾਈਵੇ, ਇਹ ਪਾਨੀਪਤ ਸੇ ਲੈ ਕੇ ਜਲੰਧਰ ਤੱਕ ਹੈ, ਜਿਸਮੇ ਆਲਮੋਸਟ ਹਮਨੇ 290 ਕਿਲੋਮੀਟਰ ਮੇ ਸਾਰਾ ਕਾਮ ਕੀਆ ਹੁਆ ਹੈ। ਸਿਰਫ ਇੱਕ ਡੇਢ ਕਿਲੋਮੀਟਰ ਤੋਂ ਡੇਢ ਕਿਲੋਮੀਟਰ ਕਾ ਵਰਕ ਬਚਾ ਹੈ, ਜੋ ਕਿ ਇਹ ਤੀਨੋਂ ਸਟ੍ਰਕਚਰ ਕਾ ਵੀ ਹੈ, ਇਹ ਲੁਧਿਆਣਾ ਕੇ ਪਾਸ ਕੇ ਹੈ, ਕਿੰਤੂ ਅਪਰੂਵਲਸ ਕੇ ਕਾਰਨ ਇਹ ਰੁਕੇ ਹੋਏ ਹੈ, ਕਿਉਂਕਿ ਇਨਕੀ ਡਿਜ਼ਾਈਨ ਮੇ ਕਹੀਂ ਨਾ ਕਹੀਂ ਲੋਕਲ ਡਿਮਾਂਡ ਕੇ ਕਾਰਨ ਚੇਂਜ ਕਾ ਪ੍ਰੋਪੋਜ਼ਲ ਥਾ, ਜੋ ਅਬ ਤੱਕ ਫਾਈਨਲ ਅਪਰੂਵਲ ਹਮਾਰੇ ਪਾਸ ਨਹੀਂ ਆ ਪਾਇਆ। ਜਹਾਂ ਪੇ ਵੀ ਜਗ੍ਹਾ ਮਿਲੇਗੀ ਨਿਯਮਾਨੁਸਾਰ ਹਮ ਲੋਕ ਉਸਕੇ ਸਾਰੇ ਕਾਮ ਕਰ ਰਹੇ ਹੈ, ਜਹਾਂ ਪੇ ਵੀ ਕਲੀਅਰ ਹੈ। ਵੋ ਕਹਿ ਰਹੇ ਕਬ ਤੱਕ ਆਪ ਕਾਮ ਸ਼ੁਰੂ ਕਰਵਾ ਦੇਂਗੇ, ਜੋ ਆਪਕਾ ਕਾਮ ਜੋ ਬੀਚ ਮੇ ਰੁਕਾ ਹੋਇਆ ਕਬ ਤੱਕ ਸ਼ੁਰੂ ਕਰ? ਹਮਨੇ ਆਪਣੇ ਇਨੀਸ਼ੀਏਟਿਵ ਸੇ ਐਨਐਚਏਆਈ ਹੈਡਕੁਆਟਰ ਕੇ ਸਾਥ ਮੇ ਮੀਟਿੰਗ ਕਰਕੇ, ਔਰ ਜੋ ਵੀ ਹੈ ਹਮਨੇ ਜੋ ਵੀ ਮਿਨਟਸ ਹੈ ਡਿਸਕਸ਼ਨ ਕੇ, ਵੋ ਸਾਰੇ ਉਨਕੋ ਲਿਖਿਤ ਮੇ ਦੀਏ ਹੈ, ਸਾਰੀ ਚੀਜ਼ੇ ਲਿਖਿਤ ਮੇ ਹੈ, ਔਰ ਜੈਸੇ ਹੀ ਉਨਕੇ ਤਰਫ ਸੇ ਹਮੇ ਆਦੇਸ਼ ਆ ਜਾਏਗਾ ਕਾਮ ਜਲਦੀ ਸੇ ਜਲਦੀ ਸਟਾਰਟ ਕਰ। ਟੋਲ ਬੰਦ ਰਹੇਗਾ, ਆਪਨੇ ਆਪਣੀ ਹਾਇਰ ਅਥਾਰਟੀ ਕੋਈ ਬਾਤ ਕੀ ਹੈ ਇਸ ਸੰਬੰਧੀ? ਹਾਂ, ਹਾਇਰ ਅਥਾਰਟੀ ਐਨਐਚਏਆਈ ਕੇ ਹਾਇਰ ਅਥਾਰਟੀ ਸੇ ਵੀ ਬਾਤ ਚੱਲ ਰਹੀ ਹੈ, ਕੰਟੀਨਿਊਸਲੀ ਬਾਤ ਚੱਲ ਰਹੀ ਹੈ, ਔਰ ਉਨਕਾ ਆਦੇਸ਼ ਜੈਸੇ ਹੀ ਆਏਗਾ। ਟੋਲ ਜੋ ਚੱਲ ਰਿਹਾ ਹੈ, ਇਹ ਭਾਰਤ ਸਰਕਾਰ ਕੀ ਗਜ਼ਟ ਨੋਟੀਫਿਕੇਸ਼ਨ ਕੇ ਹਿਸਾਬ ਸੇ ਚੱਲ ਰਿਹਾ ਹੈ, ਜਿਸਕੋ ਕਿ ਗਵਰਨਮੈਂਟ ਨੇ ਓਕੇ ਕੀਆ ਹੁਆ ਹੈ, ਔਰ ਬਿਲਕੁਲ ਸਾਰੇ ਨਿਯਮ ਕੇ ਹਿਸਾਬ ਸੇ ਕਾਮ ਚੱਲ ਰਹੇ ਹੈ। ਹਮ ਪ੍ਰਯਾਸਰਤ ਹੈ ਕਿ ਟੋਲਿੰਗ ਇਸ ਪੇ ਚਾਲੂ ਹੋ, ਕਿਉਂਕਿ ਇਸਸੇ ਸਰਕਾਰੀ ਰਾਜਸਵ ਕੋ ਵੀ ਨੁਕਸਾਨ ਹੈ। ਅਬ ਜੈਸਾ ਕਿ ਵੋ ਕਹਿ ਕੇ ਗਏ, ਤੋ ਅਬ ਆਪ ਟੋਲ ਲੇਂਗੇ, ਆਪ ਆਖਰੀ ਫੈਸਲਾ ਕਿ ਆਪ ਟੋਲ ਲੇਂਗੇ ਕਿ ਨਹੀਂ? ਹਮ ਜੋ ਵੀ ਅਭੀ ਕੀ ਸਥਿਤੀ ਹੈ, ਇਹ ਹਮਾਰੇ ਸੀਨੀਅਰਸ ਕੋ ਬਤਾਏਂਗੇ, ਐਨਐਚਏ ਕੋ ਬਤਾਏਂਗੇ, ਉਸਕੇ ਬਾਅਦ ਜੋ ਫਾਈਨਲ ਹੋਗਾ। ਬਿਊਰੋ ਰਿਪੋਰਟ, ਲੁਧਿਆਣਾ ਬਿਊ।